ਅਰਸਲ ਸਰਕਾਰ ਆਪਣੀ ਜਿੱਦ ਡੇੜੀ ਹੋਈ ਆ ਸਰਕਾਰ ਨੂੰ ਕੇਵਲ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਜਿਹੜੇ ਅਮੀਰ ਘਰਾਣੇ ਆ ਪੂੰਜੀਪਤੀ ਘਰਾਣੇ ਆ ਉਹਨਾਂ ਵਾਸਤੇ ਸਾਰਾ ਕੁਝ ਇਹ ਤੰਤਰ ਚੱਲ ਰਿਹਾ ਉਹ ਕਹਿਦਾ ਰਹੇ ਨੇ ਕਿ ਇਹਦੇ ਵਿੱਚ ਕਿਸਾਨ ਦੀ ਆਜ਼ਾਦੀ ਹੋਏਗੀ ਪਰ ਆਜ਼ਾਦੀ ਕਰਤੀਆ ਜਿਹੜੇ ਸਟਾਕ ਕਰਨ ਵਾਲੇ ਨੇ ਕਿਸਾਨ ਨੂੰ ਨਹੀਂ ਕਿਸਾਨ ਨੂੰ ਤਾਂ ਗੁਲਾਮ ਬਣਾਉਣ ਦੀ ਕੋਸ਼ਿਸ਼ ਹੈ ਇਸ ਕਰਕੇ ਉਹ ਸਰਕਾਰ ਦੀ ਢੋਗਲਾ ਚਿਹਰਾ ਆ ਕਿ ਕਿਸਾਨ ਥੱਕ ਹਾਰ ਕੇ ਚਲੇ ਜਾਵੇ ਇਹਨੂੰ ਲੇਟ ਕਰੀਏ ਤੇ ਅੰਦੋਲਨ ਪਹਿ ਜਾ ਪਿੱਕਾ ਕਮਜ਼ੋਰ ਤਾਂ ਫਿਰ ਅਸੀਂ ਆਖੀਏ ਵੀ ਹੁਣ ਜਿੰਨੀਆਂ ਕਿ ਸੋਧਾਂ ਕਰਦੇ ਆ ਮੰਨ ਲਓ ਜਿਹੜੇ ਵੀ ਰਾਜਨੀਤਿਕ ਪਾਰਟੀਆਂ ਉਹ ਕੇਵਲ ਇੱਕ ਪਾਰਟੀ ਨੂੰ ਨਹੀਂ ਮੈਂ ਕਹੂੰਗਾ ਉਹ ਕਾਲੀ ਦਲ ਹੋਵੇ ਕਾਂਗਰਸ ਹੋਵੇ ਆਮ ਆਦਮੀ ਹੋਵੇ ਜਿੰਨੀਆਂ ਵੀ ਪਾਰਟੀਆਂ ਨੇ ਰਾਜਨੀਤਿਕ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਤਾਂ ਹੁਣ ਇਹ ਫਿਕਰ ਪਿਆ ਆ ਵੀ ਇਹ ਜਿਹੜੇ ਆਗੂ ਇਕੱਠੇ ਹੋਏ ਨੇ ਜਿਹੜੇ ਕਿਸਾਨ ਇਕੱਠੇ ਹੋਏ ਨੇ ਇਹ ਕੱਲ ਨੂੰ ਸਾਡਾ ਤਖਤਾ ਨਾ ਪਲਟ ਦੇਣ ਸਰਕਾਰ ਇਹ ਮੰਨ ਚੁੱਕੀ ਹੈ ਕਿ ਤਿੰਨੇ ਕਾਨੂੰਨ ਗਲਤ ਨੇ ਅਸੀਂ ਕਾਲੀ ਚ ਲੈ ਜਾਂਦੇ ਆ ਲੇਕਿਨ ਰੱਦ ਕਰਕੇ ਉਹ ਜਿਹੜਾ ਮੋਦੀ ਸਾਹਿਬ ਦੀ ਸ਼ਾਖ ਨੂੰ ਧੱਕਾ ਲੱਗਣਾ ਪ੍ਰਧਾਨ ਮੰਤਰੀ ਦੀ ਸ਼ਾਖ ਨੂੰ ਧੱਕਾ ਲੱਗਣ ਤੋਂ ਬਚਾਉਣ ਲਈ ਇਹਦੇ ਵਿੱਚ ਐਮੈਂਡਮੈਂਟ ਕਰਨ ਨੂੰ ਸੌਦਾ ਕਰਨ ਨੂੰ ਰਾਜ਼ੀ ਆ ਖੇਤੀ ਕਾਨੂੰਨ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੁੰਡਲੀ ਬਾਰਡਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਨਾਰੇਬਾਜੀ ਕੀਤੀ ਜਾ ਰਹੀ ਹੈ ਜਿਹੜੀ 8ਵੀਂ ਵਾਰ ਦੀ ਜਿਹੜੀ ਮੀਟਿੰਗ ਦੀ ਵਾਰਤਾ ਹੋਈ ਸੀ ਉਹ ਵੀ ਜਿਹੜੀ ਕਿ ਹਸਾਰਥੀ ਖਲ ਕੋਈ ਨਹੀਂ ਨਿਕਲੇ 15 ਜਨਵਰੀ ਨੂੰ ਮੀਟਿੰਗ ਦਾ سلسلہ ਫੇਰ ਕੇਂਦਰ ਸਰਕਾਰ ਵੱਲੋਂ ਰੱਖ ਦਿੱਤਾ ਗਿਆ ਉੱਥੇ ਅਸੀਂ ਕਿਸਾਨਾਂ ਆਗੂਆਂ ਨਾਲ ਗੱਲ ਕਰਾਂਗੇ ਜਿਹੜੀ ਕਿ 8ਵੀਂ ਵਾਰ ਦੀ ਮੀਟਿੰਗਾਂ ਦੇ ਵਿੱਚ ਕੀ ਗੱਲ ਹੋਈ ਆ ਕਿਸ ਮਨਜੀਤ ਸਿੰਘ ਜੀ ਦਰਸਲ ਜੀ ਜਿਹੜੀ ਸਰਕਾਰ ਆ ਉਹਦਾ ਬੜਾ 도ਗਲਾ ਚਿਹਰਾ ਹੈ ਲੋਕਾਂ ਨੂੰ ਤਾਂ ਉਹ ਕਹਿ ਰਹੇ ਨੇ ਪਈ ਅਸੀਂ ਕਿਸਾਨਾਂ ਦੇ ਬੜੇ ਹਮਦਰਦ ਹਾਂ ਪਰ ਮੀਟਿੰਗ ਦੇ ਵਿੱਚ ਕਮਾਫਰਾ ਕਿ ਉਹੀ ਗੱਲ ਹੁੰਦੀ ਆ ਹਰ ਵਾਰ ਸੋਧਾਂ ਵਾਲੀ ਚਰਚਾ ਕਰ ਲੋ ਇਹ ਤੇ ਸਾਨੂੰ ਵਿਕਲਪ ਦੱਸ ਦਿਓ ਉਹ ਮਤਲਬ ਜਿਹੜੇ ਕਾਨੂੰਨ ਸਾਡੇ ਤੇ ਥੋਪੇ ਨੇ ਉਹਨਾਂ ਦੇ ਪ੍ਰਤੀ ਸਭ ਤੋਂ ਵਿਕਲਪ ਮੰਗ ਰਹੇ ਨੇ ਕਿ ਇਹਨਾਂ ਨੂੰ ਆਪਾਂ ਇਹਦੇ ਵਿੱਚੋਂ ਕਹਿਣ ਦਾ ਭਾਵ ਸੋਧਾਂ ਵਾਲੇ ਪਾਸੇ ਨੂੰ ਲਿਜਾਣਾ ਚਾਹੁੰਦੇ ਨੇ ਪਈ ਅਸੀਂ ਕੋਈ ਵਿਕਲਪ ਦੱਸੀਏ ਤਾਂ ਉਹ ਕਹਿਣ ਪਈ ਕਿਸਾਨ ਰਾਜੀ ਹੋ ਗਏ ਨੇ ਸੋਧਾਂ ਤੇ ਤੇ ਹੁਣ ਦਾ ਕਿਸਾਨ ਜਿਹੜਾ ਉਹ ਅਨਪੜ ਨਹੀਂ ਹੈਗਾ ਉਹ ਸਾਰੀ ਗੱਲ ਚੰਗੀ ਭਲੀ ਭਾਂਤੀ ਜਾਣਦਾ ਹੈ ਤੇ ਇਹ ਜਿਹੜੇ ਕਾਨੂੰਨ ਰੱਦ ਕੀਤੇ ਤੋਂ ਬਿਨਾ ਇਹ ਅੰਦੋਲਨ ਨਹੀਂ ਖਤਮ ਹੋਏਗਾ ਨਾ ਲੋਕ ਇਹ ਪਿੱਛੇ ਜਾਣਗੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਸਾਰੇ ਹੀ ਇਹ ਜਿਹੜੇ ਖੇਤੀ ਕਾਨੂੰਨ ਲਿਆਂਦੇ ਨੇ ਇਹਨਾਂ ਨੂੰ ਰੱਦ ਕਰੇ ਤੇ ਕਿਸਾਨਾਂ ਨੂੰ ਸੁਖ ਸ਼ਾਂਤੀ ਨਾਲ ਉਹਨਾਂ ਦੇ ਘਰ ਭੇਜੇ ਕਾਰਨ ਕੀ ਹੈ ਕੇਂਦਰ ਸਰਕਾਰ ਨਾਲ ਲਮਕਾ ਕੇ ਹੋ ਰਹੀ ਹੈ ਕਿ ਬਾਰ-ਬਾਰ ਮੀਟਿੰਗ ਦਾ سلسلہ جاری ਹੈ ਜਿਹੜੀ ਦਰਸਲ ਸਰਕਾਰ ਆਪਣੀ ਜਿੱਦ ਤੇੜੀ ਹੋਈ ਆ ਸਰਕਾਰ ਨੂੰ ਕੇਵਲ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਜਿਹੜੇ ਅਮੀਰ ਕਰਾਣੇ ਆ ਪੂੰਜੀਪਤੀ ਕਰਾਣੇ ਆ ਉਹਨਾਂ ਵਾਸਤੇ ਸਾਰਾ ਕੁਝ ਇਹ ਤੰਤਰ ਚੱਲ ਰਿਹਾ ਉਹ ਕਹਿਦਾ ਰਹੇ ਨੇ ਕਿ ਇਹਦੇ ਵਿੱਚ ਕਿਸਾਨ ਦੀ ਆਜ਼ਾਦੀ ਹੋਏਗੀ ਪਰ ਆਜ਼ਾਦੀ ਕਰਤੀ ਆ ਜਿਹੜੇ ਸਟਾਕ ਕਰਨ ਵਾਲੇ ਨੇ ਜਿਹੜੇ ਅਨਾਜ ਨੂੰ ਇਕੱਠਾ ਕਰਕੇ ਅੰਦਰ ਤਾਲੇ ਲਾ ਕੇ ਰੱਖਣਗੇ ਉਹਨਾਂ ਲਈ ਖੁੱਲ ਕਰਤੀ ਆ ਅਮੀਰਾਂ ਲਈ ਖੁੱਲ ਕਰਤੀ ਆ ਕਾਰਪੋਰੇਟ ਕਰਾਣਿਆਂ ਲਈ ਖੁੱਲ ਕਰਤੀ ਆ ਆਜ਼ਾਦੀ ਉਹਨੇ ਕਾਰਪੋਰੇਟ ਕਰਾਣਿਆਂ ਨੂੰ ਦਿੱਤੀ ਆ ਕਿਸਾਨ ਉਹ ਨਹੀਂ ਕਿਸਾਨ ਨੂੰ ਤਾਂ ਗੁਲਾਮ ਬਣਾਉਣ ਦੀ ਕੋਸ਼ਿਸ਼ ਹੈ ਇਸ ਕਰਕੇ ਉਹ ਸਰਕਾਰ ਦੀ 도ਗਲਾ ਚਿਹਰਾ ਆ ਕਿ ਕਿਸਾਨ ਥੱਕ ਹਾਰ ਕੇ ਚਲੇ ਜਾਵੇ ਇਹਨੂੰ ਲੇਟ ਕਰੀਏ ਤੇ ਅੰਦੋਲਨ ਪਹਿ ਜਾ ਫਿੱਕਾ ਕਮਜ਼ੋਰ ਤਾਂ ਫਿਰ ਅਸੀਂ ਆਖੀਏ ਵੀ ਹੁਣ ਜਿੰਨੀਆਂ ਕਿ ਸੋਧਾਂ ਕਰਦੇ ਆ ਮੰਨ ਲਓ ਪਰ ਇਹ ਭੁਲੇਖਾ ਉਹਨਾਂ ਨੂੰ ਸੰਖਿਆ ਰੋਜ਼ ਵੱਧ ਰਹੀ ਆ ਅੰਦੋਲਨ ਅੱਗੇ ਵਧੇਗਾ ਔਰ ਇਹ ਲੋਕ ਨਹੀਂ ਪਿੱਛੇ ਹਟਣ ਵਾਲੇ ਨਾ ਹਟਣਗੇ ਜਿੰਨਾ ਚਿਰ ਇਹ ਸਾਰੇ ਕਾਨੂੰਨ ਰੱਦ ਨਹੀਂ ਹੁੰਦੇ ਕਾਲੀ ਦਲ ਦੇ ਪਾਰਟੀ ਪ੍ਰਧਾਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਘਰੋ ਕਰਨ ਵਾਲੇ ਕਿਸਾਨਾਂ ਦੇ ਝੂਠੇ ਪਰਚੇ ਕੀਤੇ ਜਾ ਰਹੇ ਨੇ ਉਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੇ ਵੀ ਰਾਜਨੀਤਿਕ ਪਾਰਟੀਆਂ ਉਹ ਕੇਵਲ ਇੱਕ ਪਾਰਟੀ ਨੂੰ ਨਹੀਂ ਮੈਂ ਕਹੂੰਗਾ ਉਹ ਕਾਲੀ ਦਲ ਹੋਵੇ ਕਾਂਗਰਸ ਹੋਵੇ ਆਮ ਆਦਮੀ ਹੋਵੇ ਜਿੰਨੀਆਂ ਵੀ ਪਾਰਟੀਆਂ ਨੇ ਰਾਜਨੀਤਿਕ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਤਾਂ ਹੁਣ ਇਹ ਫਿਕਰ ਪਿਆ ਆ ਵੀ ਇਹ ਜਿਹੜੇ ਆਗੂ ਇਕੱਠੇ ਹੋਏ ਨੇ ਜਿਹੜੇ ਕਿਸਾਨ ਇਕੱਠੇ ਹੋਏ ਨੇ ਇਹ ਕੱਲ ਨੂੰ ਸਾਡਾ ਤਖਤਾ ਨਾ ਪਲਟ ਦੇਣ ਤੇ ਉਹ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ ਕਰ ਰਹੇ ਨੇ ਐਵੇਂ ਹੁਣ ਇਹ ਗੱਲਾਂ ਫੋਕੀਆਂ ਕਰ ਰਹੇ ਨੇ ਇਹ ਤਾਂ ਕਹੇ ਦਿਓ ਕਿ ਪੋਲੀਟਿਕਲ ਸਟੰਟ ਨੇ ਉਹਨਾਂ ਦੇ ਇਹ ਉਹਨਾਂ ਦੇ ਪੋਲੀਟਿਕਲ ਸਟੰਟ ਨੇ ਪਰ ਇਹ ਜਿਹੜੀ ਅਸਲ ਗੱਲ ਹੈ ਕਲੀਅਰ ਕਟ ਹੈ ਕਿ ਲੋਕ ਹੁਣ ਜਾਣ ਗਏ ਨੇ ਵੀ ਇਹ ਸਾਡੇ ਕਿੰਨੇ ਕਹਤੇ ਐਚੀ ਨਹੀਂ ਉਹ ਜੋ ਮਰਜ਼ੀ ਬੋਲੀ ਜਾਣ ਕਿਸਾਨ ਆਪਣੀ ਲੜਾਈ ਆਪ ਲਾਣਾ ਜਾਣਦੇ ਨੇ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਪੂੰਜੀਪਤੀਆਂ ਨੂੰ ਖੁਸ਼ਹਾਲ ਕਰਨ ਲਈ ਕਿਸਾਨਾਂ ਤੇ ਕਾਲੇ ਕਾਨੂੰਨ ਥੋਪ ਰਹੀ ਉੱਥੇ ਇਹ ਜੀ ਕਿਸਾਨ ਆਗੂ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਸਰਕਾਰ ਨੇ ਦਰਸਲ ਕਿਸਾਨਾਂ ਲਈ ਤਾਂ ਲੈ ਕੇ ਨਹੀਂ ਆਂਦੇ ਕਿਸਾਨਾਂ ਦਾ ਨੁਕਸਾਨ ਕਰੂਗਾ ਕਾਰਪੋਰੇਟ ਘਰਾਣਿਆਂ ਦੀ ਵਧਤਰੀ ਲਈ ਤਿੰਨੇ ਕਾਨੂੰਨ ਲੈ ਕੇ ਆਂਦੇ ਆ ਨਾ ਇਹਦਾ ਖੇਤੀ ਸੁਧਾਰ ਬਿੱਲ ਰੱਖ ਦਿੱਤਾ ਜਦ ਕੇ ਇਹਦਾ ਖੇਤੀ ਸੁਧਾਰ ਦੇ ਨਾਲ ਦੂਰ ਦਾ ਵੀ ਵਸਤਾ ਨਹੀਂ ਇਹਨਾਂ ਟ੍ਰੇਡ ਤੇ ਇੱਕ ਵਰਸ ਦੇ ਨਾਲ ਇਹਦੇ ਰਿਲੇਟਿਡ ਨੇ ਤਿੰਨ ਦੋਨੋਂ ਤਿੰਨੇ ਕਾਨੂੰਨ ਅਸੀਂ ਵਾਰ-ਵਾਰ ਜਥੇਬੰਦੀਆਂ ਮੰਗ ਕਰੀ ਜਾਂਦੀਆਂ ਕਿ ਦੇਸ਼ ਦੇ ਕਿਸਾਨਾਂ ਨੇ ਇਹਨਾਂਕਾਰ ਦਿੱਤੇ ਕਾਨੂੰਨ ਤਾਂ ਕਿ ਸਰਕਾਰ ਦਾ ਫਰਜ ਬਣਦਾ ਕਿ ਇਹਦੇ ਤੇ ਤੁਰੰਤ ਫੈਸਲਾ ਲੈ ਕੇ ਇਹਨੂੰ ਵਾਪਸ ਲੈਣ ਦਾ ਐਲਾਨ ਕਰੇ ਸਰਕਾਰ ਹੁਣ ਬਹਾਨੇ ਲੱਭ ਰਹੀ ਹੈ ਜਿੰਨੀਆਂ ਵੀ ਮੀਟਿੰਗਾਂ ਪਹਿਲਾਂ ਰਾਜ ਸਾਹਿਬ ਨੇ ਦੱਸਿਆ ਸਰਕਾਰ ਇਹ ਮੰਨ ਚੁੱਕੀ ਹੈ ਕਿ ਤਿੰਨੇ ਕਾਨੂੰਨ ਗਲਤ ਨੇ ਅਸੀਂ ਕਾਹਲੀ ਚ ਲਾ ਜਾਂਦੇ ਆ ਲੇਕਿਨ ਰੱਦ ਕਰਕੇ ਉਹ ਜਿਹੜਾ ਮੋਦੀ ਸਾਹਿਬ ਦੀ ਛਾਖ ਨੂੰ ਤੱਕਾ ਲੱਗਣਾ ਪ੍ਰਧਾਨ ਮੰਤਰੀ ਦੀ ਛਾਖ ਨੂੰ ਤੱਕਾ ਲੱਗਣ ਤੋਂ ਬਚਾਉਣ ਲਈ ਇਹਦੇ ਅਮੈਂਡਮੈਂਟ ਕਰਨ ਨੂੰ ਸੌਦਾ ਕਰਨ ਨੂੰ ਰਾਜ਼ੀ ਆ ਅਸੀਂ ਉਹਨਾਂ ਚਿਰ ਜਾਰੀ ਰੱਖੂਗਾ ਸਟਰਗਲ ਜਿੰਨਾ ਚਿਰ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਕਿਸਾਨ ਪਿੱਛੇ ਹਟਣ ਵਾਲਾ ਨਹੀਂ ਹੈਗਾ ਉਮਰ ਵੱਲੋਂ ਬਾਰ-ਬਾਰ ਬਿਆਨਬਾਜ਼ੀ ਇਹ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਨੀ ਰੱਦ ਨਹੀਂ ਹੋਣਗੇ ਦੇਸ਼ ਦੇ ਕਿਸਾਨਾਂ ਨੇ ਤਹਈਆ ਕੀਤਾ ਕਿ ਰੱਦ ਹੋਣਗੇ ਇਹ ਤਾਂ ਦੇਸ਼ ਦੀ ਜਨਤਾ ਦੀ ਆਵਾਜ਼ ਆ ਜਨਤਾ ਤੁਮਰ ਸਾਹਿਬ ਤੋਂ ਵੱਧ ਸਮਰੱਥਾ ਤੁਮਰ ਨੂੰ ਜਨਤਾ ਨੇ ਬਣਾਇਆ ਜਨਤਾ ਨੂੰ ਤੁਮਰ ਨੇ ਨਹੀਂ ਬਣਾਇਆ ਇਹ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਜਨਤਾ ਹੀ ਪ੍ਰਧਾਨ ਮੰਤਰੀ ਬਣਾਉਂਦੀ ਆ ਜਨਤਾ ਹੀ ਖੇਤੀ ਮੰਤਰੀ ਬਣਾਉਂਦੀ ਆ ਜੇ ਨਹੀਂ ਬਦਲਣਗੇ ਤੇ ਜਨਤਾ ਬਹੁਤ ਕੁਝ ਕਰ ਸਕਦੀ ਅੱਗੇ ਅਸੀਂ ਕਹਿਣਾ ਨਹੀਂ ਚਾਹੁੰਦੇ ਜਨਤਾ ਦੀ ਤਾਕਤ ਵੱਡੇ ਹੋਣ ਗੱਡੀ ਹੁੰਦੀ ਆ ਇਹ ਡੈਮੋਕ੍ਰੇਸੀ ਆ ਲੋਕਤੰਤਰ ਪ੍ਰਧਾਨ ਮੰਤਰੀ ਬਣਾਉਂਦਾ ਲੋਕਤੰਤਰ ਹੀ ਮੰਤਰੀ ਬਣਾਉਂਦਾ ਜਨਤਾ ਦੀ ਆਵਾਜ਼ ਨੂੰ ਕੋਈ ਉਣਕੋਲਿਆ ਨਹੀਂ ਕਰ ਸਕਦਾ ਇਹ ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ ਤੁਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਵੀ ਕੋਈ ਸਾਰਥਿਕ ਗੱਲ ਨਹੀਂ ਕੋਈ ਗੱਲ ਨਹੀਂ ਕੀਤੀ ਗਈ ਕੀ ਕਰਨ ਉਹਦੇ ਚ ਸਰਕਾਰ ਦੀ ਮਜਬੂਰੀ ਆ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਰਹਿਮੂ ਕਰਮ ਤੇ ਚਲਦੀ ਆ ਉਹਨਾਂ ਨੇ ਸਰਕਾਰ ਬਣਾਈ ਆ ਪੈਸੇ ਖਰਚ ਕੇ ਸਰਕਾਰ ਉਹਨਾਂ ਦੀ ਸੇਵਾ ਕਰ ਰਹੀ ਆ ਨਿਰੰਤਰ ਜਿੰਨੇ ਸਰਕਾਰ ਦੇ ਫੈਸਲੇ ਆ ਸਾਰਾ ਹੀ ਸਾਬਤ ਹੋ ਗਿਆ ਸਾਰਾ ਦੇਸ਼ ਇਸੇ ਕਰਕੇ ਅੰਦੋਲਨ ਦੀ ਹਮਾਇਤ ਕਰ ਰਿਹਾ ਕੱਲਾ ਕਿਸਾਨ ਨਹੀਂ ਜਿਹੜਾ ਨਹੀਂ ਵੀ ਕਿਸਾਨ ਆ ਸਾਰਾ ਦੇਸ਼ ਉਹਨਾਂ ਜਿੰਨਾ ਜਾਗਰੂਕ ਵਰਗ ਆ ਦੇਸ਼ ਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਦੀ 바ਰ ਕਾਉਂਸਲ ਨੇ ਕਿਸੇ ਜਨਤਕ ਅੰਦੋਲਨ ਦੀ ਲਿਖਤੀ ਮਤਾ ਪਾ ਕੇ ਹਮਾਇਤ ਕੀਤੀ ਆ ਸਰਕਾਰ ਨੂੰ ਇਹਦੇ ਤੋਂ ਸਬਕ ਲੈਣਾ ਚਾਹੀਦਾ ਇਹ ਪਹਿਲੀ ਵਾਰੀ ਹੋਇਆ ਜਿੰਨੀਆਂ ਯੂਨੀਵਰਸਟੀਆਂ ਵਿਦਿਅਕ ادارے ਪੜ੍ਹਿਆ ਲਿਖਿਆ ਵਰਗ ਸਮਾਜ ਦਾ ਸਾਰੇ ਹੀ ਕਿਸਾਨਾਂ ਦੀ ਹਮਾਇਤ ਆ ਸਾਡਾ ਅੰਦੋਲਨ ਵੱਡਾ ਹੋ ਰਿਹਾ ਪੰਜਾਬ ਤੋਂ ਸ਼ੁਰੂ ਹੋਇਆ ਸੀ ਪੰਜਾਬ ਹਰਿਆਣਾ ਦਿੱਲੀ ਜੁਪੀ ਰਾਜਸਥਾਨ ਇਹ ਦੇਸ਼ ਦੇ ਸਾਰੇ ਭਾਗਾਂ 'ਚ ਫੈਲੂਗਾ ਜੇ ਸਰਕਾਰ ਨਹੀਂ ਸਮਝੀ ਹਜੇ ਵੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਉਂ ਜਨਤਾ ਦੇ ਉਹਨਾਂ ਨੂੰ ਬਣਾਇਆ ਤੇ ਉਹ ਆਪਣੀ ਹੁਣ ਡਿਊਟੀ ਅਦਾ ਕਰਨ ਸਰਕਾਰ ਟੋਟਲ ਫੇਲ ਰਹੀ ਹੈ ਸਰਕਾਰ ਨੇ ਲੋਕਾਂ ਦੀ ਆਸਾਂ ਦੇ ਮੁਤਾਬਕ ਕੰਮ ਨਹੀਂ ਕੀਤਾ ਜੇ ਹਜੇ ਵੀ ਕੰਮ ਨਹੀਂ ਕਰੂਗੀ ਸਰਕਾਰ ਤੇ ਕਿਸਾਨਾਂ ਦਾ ਅੰਦੋਲਨ ਵੱਡਾ ਹੋ ਰਿਹਾ ਆਉਣ ਵਾਲੇ ਸਮੇਂ 'ਚ ਹੋਰ ਵੱਡਾ ਹੋ ਰਿਹਾ ਅਗਲੇ ਐਲਾਨ ਤੁਸੀਂ ਸੁਣੇ ਆਂ ਇਹ ਤਾਂ ਜਨਤਾ ਨੇ ਅੰਦੋਲਨ ਲੜਨਾ ਤੇ ਜਨਤਾ ਜ ਕੇਂਦਰ ਸਰਕਾਰ ਆਪਣੇ ਅੜੇ ਰਵਾਈਏ ਤੇ ਡਟੀ ਹੋਈ ਆ ਕਿਸਾਨਾਂ ਦਾ ਕਹਿਣਾ ਕਿ ਜੇਕਰ ਕੇਂਦਰ ਸਰਕਾਰ ਆਪਣੇ ਕਾਲੇ ਕਾਨੂੰਨ ਰੱਦ ਨਾ ਕਰਨਗੇ ਤਾਂ ਉਹਨਾਂ ਤੋਂ ਭਿਆਨਕ ਨਤੀਜੇ ਭੁਗਤਣਗੇ ਦਿੱਲੀ ਦੇ ਬਾਰਡਰ ਤੇ ਉੱਤੇ ਕਿਸਾਨਾਂ ਦਾ ਕਾਫਲਾ ਵੀ ਵੱਡਾ ਹੁੰਦਾ ਜਾ ਰਿਹਾ ਉੱਥੇ ਸਾਡੇ ਨਾਲ ਹੋਰ ਆਗੂ ਨੇ ਉਹਨਾਂ ਨਾਲ ਗੱਲ ਕਰਦੇ ਉਹਨਾਂ ਦਾ ਕੀ ਕਹਿਣਾ ਸਾਸੀ ਕਾਲ ਜੀ ਸਾਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਫਤੇਗੜ ਸਾਹਿਬ ਤੋਂ ਆਪਣੇ ਸਮੂਹ ਜਥੇਬੰਦੀਆਂ ਗਲੋਬਲ ਭਾਰਤ ਸਿਕ ਕੌਂਸਲ ਯੂਕੇ ਇੰਡੀਆ ਪੰਜਾਬ ਸਮੂਹ ਜਥੇਬੰਦੀਆਂ ਨੂੰ ਲੈ ਕੇ ਇਕੱਤਰ ਕਰ ਕਰਕੇ ਲੈ ਕਰਕੇ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਪਹੁੰਚੇ ਆ ਤੇ ਮੋਦੀ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਪੰਜਾਬ ਦਾ ਇਤਿਹਾਸ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਸੀ ਮੋਦੀ ਨੂੰ ਕਿ ਜੋ ਖੁੱਲੇ ਆਸਮਾਨ ਦੇ ਥੱਲੇ ਸਾਡੇ ਕਿਸਾਨ ਵੀਰ ਬੈਠੇ ਆ ਇਹ ਗੁਰੂ ਗਵੈਨ ਸਿੰਘ ਜੀ ਦੇ ਪੁੱਤਰ ਆ ਜਿਨ੍ਹਾਂ ਨੇ ਪੋਹ ਦੀਆਂ ਰਾਤਾਂ ਵਿੱਚ ਠੰਡਾਂ ਦੇ ਵਿੱਚ ਆਪਣੇ ਬੱਚਿਆਂ ਦੀ ਸ਼ਹੀਦੀ ਕਰਵਾਈ ਹੈ ਬੱਚੇ ਸ਼ਹੀਦ ਕਰਵਾਏ ਆ ਇਹ ਉਹਨਾਂ ਦੀਆਂ ਅਨਸਬੰਸ ਵਿੱਚੋਂ ਆ ਮੋਦੀ ਨੂੰ ਖੇਤੀ ਤੋਂ ਖੇਤੀ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਆ ਤੇ ਅਸੀਂ ਗਲੋਬਲ ਭਾਰਤ ਸੇ ਕਾਉਂਸਲ ਯੂਕੇ ਇੰਡੀਆ ਪੰਜਾਬ ਤੇ ਸਮੂਹ ਭਾਰਤ ਸਿੱਖ ਜਥੇਬੰਦੀਆਂ ਵੱਲੋਂ ਅਰਦਾਸ ਬੇਨਤੀ ਪ੍ਰਮਾਤਮਾ ਅੱਗੇ ਕਰਦੇ ਆ ਕਿ ਇਹ ਕਾਲੇ ਕਾਨੂੰਨ ਖੇਤੀ ਤੋਂ ਖੇਤੀ ਵਾਪਸ ਲਏ ਜਾਣ ਤਾਂ ਜੋ ਸਾਡੇ ਕਿਸਾਨ ਵੀਰ ਆਪਣੇ ਪਰਿਵਾਰਾਂ ਚ ਜਾ ਕੇ ਲੋੜੀ ਦੇ ਤਿਹਾੜੀ ਖੋਲੇ ਮੱਲੇ ਦੇ ਤਿਹਾੜ ਮਨਾਏ ਜਾਣ ਜਿਵੇਂ ਕਿ ਕਿਸਾਨ ਵੀਰ ਪਹਿਲਾਂ ਹੀ ਕਹਿ ਚੁੱਕੇ ਆ ਕਿ ਸਾਨੂੰ ਕਿਤੇ ਇਹ ਰੋਡ ਤੇ ਇੱਥੇ ਦਿੱਲੀ ਦੇ ਹਿੱਕ ਦੇ ਉੱਤੇ ਨਾ ਮਨੋਣੇ ਪੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਦਾ ਕਾਫਲਾ ਵਾਦਾ ਹੀ ਜਾ ਰਿਹਾ ਹੈ ਤੇ 15 ਜਨਵਰੀ ਨੂੰ ਫੇਰ ਮੀਟਿੰਗ ਦੀ ਮੀਟਿੰਗ ਤਾਰੀਖ ਦਿੱਤੀ ਗਈ ਉੱਤੀ ਸਾਡੇ ਨਾਲ ਗੱਲ ਕਰਦੇ ਆ ਕਿ ਕੋਹ ਹੋਰ ਆਗੂ ਨੇ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਦਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੇਂਦਰ ਸਰਕਾਰ ਅਸੀਂ ਅੱਜ ਦਿੱਲੀ ਦੇ ਵਿੱਚ ਪਾਰਟ ਯੂਥ ਵੈਲਫੇਅਰ ਫੈਡਰੇਸ਼ਨ ਰਜਿਸਟਰਡ ਪੰਜਾਬ ਹੈੱਡ ਆਫ ਫਗਵਾੜਾ ਪਾਰਟਸਿਕ ਵੈਲਫੇਅਰ ਆਰਗੇਨਾਈਜੇਸ਼ਨ ਯੂਕੇ ਅਤੇ ਸਮੂਹ ਪਾਰਟਸਿਕ ਜਥੇਬੰਦੀਆਂ ਵੱਲੋਂ ਅਸੀਂ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਦਿਨ ਵੀ ਰਾਤ ਵੀ ਜੇਕਰ ਇਹ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਸਾਡੇ ਜ਼ਿਮੀਂਦਾਰ ਭਰਾ ਕਿਸਾਨ ਭਰਾ ਦਿਨ ਰਾਤ ਇੱਕ ਕਰਕੇ ਇਹ ਦਿੱਲੀ ਦੇ ਜਿਹੜੇ ਕਾਲੇ ਕਾਨੂੰਨ ਕੇਂਦਰ ਸਰਕਾਰ ਦੇ ਆ ਇਹਨਾਂ ਨੂੰ ਵਾਪਸ ਕਰਵਾਉਣਗੇ ਅਸੀਂ ਇਹਨਾਂ ਦੇ ਨਾਲ ਹਾਂ ਅਸੀਂ ਆਸ ਚਾਹੁੰਦੇ ਹਾਂ ਵੀ ਜਿਹੜਾ ਮੋਦੀ ਸਰਕਾਰ ਆ ਇਹਨੂੰ ਸੋਝੀ ਕਰਨੀ ਚਾਹੀਦੀ ਆ ਤੋਂ ਉਮਰ ਨੂੰ ਵੀ ਸੋਝੀ ਆਉਣੀ ਚਾਹੀਦੀ ਆ ਬੜੇ ਅਕਲ ਵਾਲੇ ਆ ਗਿਆਨ ਵਾਲੇ ਆ ਇਹ ਕਿਸਾਨ ਭਰਾਵਾਂ ਦੀ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਕਰਨ ਸਾਡੇ ਕਿਸਾਨ ਭਰਾ ਆਪਣੇ ਘਰਾਂ ਨੂੰ ਪਿੰਡਾਂ ਸ਼ਹਿਰਾਂ ਨੂੰ ਪਰਤਣ ਤੇ ਆਪਣੇ ਪਰਿਵਾਰਾਂ ਵਿੱਚ ਖੁਸ਼ੀਆਂ ਮਾਣਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਤੁਸੀਂ ਦੇਖ ਸਕਦੇ ਹੋ ਕਿ ਕੁੰਡਲੀ ਬਾਰਡਰ ਦੇ ਉੱਤੇ ਕਿਸਾਨ ਜਥੇਬੰਦਿਆਂ ਡਟੀਆਂ ਹੋਇਆਂ ਨੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤعداد ਦੇ ਵਿੱਚ ਕਿਸਾਨ ਜਥੇਬੰਦਿਆਂ ਡਟਿਆ ਹੋਏ ਤੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਤਾਂ ਜੋ ਕੇਂਦਰ ਸਰਕਾਰ ਨੂੰ ਜਿੰਦਾਬਾਦ ਕਿਸਾਨਾਂ ਦੀ ਬਾਤ ਸੁਣ ਕੇ ਕਾਲੇ ਕਾਨੂੰਨ ਕੇਂਦਰ ਕਿਸਾਨਾਂ ਵੱਲੋਂ ਕਿਹਾ ਰੱਦ ਕੀਤੇ ਜਾਣ ਕੁੰਡਲੀ ਬਾੜਾ ਤੋਂ ਰਜਿੰਦਰ ਸਿੰਘ ਪੱਟ ਦੀ ਵਿਸ਼ੇਸ਼ ਰਿਪੋਰਟ 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ